ਕਰ ਸਕਦੇ ਗੋਲ ਸਾਹਿਬ ਪਲੀਜ਼ ਬਿਲਕੁਲ ਸੋ ਲਾਈਫ ਇੰਸ਼ੋਰੈਂਸ ਜਦੋਂ ਤੁਸੀਂ ਲੈਂਦੇ ਹੋ ਜੇ ਤੁਹਾਡੀ ਸਪੋਜ਼ ਆਪਾਂ ਉਹੀ 5 ਲੱਖ ਦੀ ਗੱਲ ਕਰ ਮੰਨ ਲਓ ਕਿ ਸਪੋਜ਼ 5 ਲੱਖ ਦੀ ਤੁਹਾਡੀ ਮਾਰਗੇਜ ਹੈਗੀ ਹਾਂਜੀ ਇਨਸਟੈਡ ਆਫ ਟੇਕਿੰਗ ਮਾਰਗੇਜ ਇੰਸ਼ੋਰੈਂਸ ਹਾਂਜੀ ਵਾਟ ਪੀਪਲ ਕੈਨ ਡੂ ਦੇ ਕੈਨ ਟੇਕ ਲਾਈਫ ਇੰਸ਼ੋਰੈਂਸ ਫੋਰ ਦਾ ਸੇਮ ਟਰਮ ਜੇ ਤੁਹਾਡੀ 25 ਸਾਲ ਦੀ ਮਾਰਗੇਜ ਹੈਗੀ ਹੈ ਤੁਸੀਂ 25 ਸਾਲ ਦੀ ਲਾਈਫ ਇੰਸ਼ੋਰੈਂਸ ਲਓ ਅੱਛਾ ਉਹ ਵੀ ਪੀਰੀਅਡ ਵੀ ਹੋ ਜਾਂਦਾ ਵਾ ਪੀਰੀਅਡ ਹੋ ਜਾਂਦਾ ਤੁਸੀਂ ਕੋਈ ਵੀ ਟਰਮ ਚੂਜ਼ ਕਰ ਸਕਦੇ ਹੋ 10 ਸਾਲ ਤੋਂ ਲੈ ਕੇ 40 ਸਾਲ ਤੱਕ ਬਿਲਕੁਲ ਸਹੀ ਜੇ ਤੁਸੀਂ ਕਹਿੰਦੇ ਹੋ ਕਿ ਮੇਰੀ ਮਾਰਗੇਜ ਦੇ ਸਿਰਫ ਹੁਣ ਸਪੋਜ਼ 19 ਸਾਲ ਰਹਿ ਗਏ ਹਾਂਜੀ ਤੁਸੀਂ 19 ਸਾਲ ਦੀ ਇੰਸ਼ੋਰੈਂਸ ਲਓ ਅੱਛਾ ਇਹਨਾਂ ਵੀ ਇਹ ਵੀ ਹੁੰਦਾ ਵੀ ਜਿੰਨੇ ਰਹਿੰਦੇ ਆ ਬਿਲਕੁਲ ਜੇ ਤੁਹਾਡੇ 23 ਸਾਲ ਰਹਿ ਗਏ ਨੇ ਤੁਸੀਂ ਕਹਿੰਦੇ ਕਿ ਮੇਰੇ ਸਿਰਫ 23 ਸਾਲ ਰਹਿ ਗਏ ਨੇ ਤੇ ਆਬਵੀਅਸਲੀ ਮੈਂ ਤਾਂ ਦੇਖੋ ਰეკਮੈਂਡ ਕਰਾਂਗਾ ਯੂ ਸ਼ੁੱਡ ਟੇਕ ਇੰਸ਼ੋਰੈਂਸ ਫॉर ਐਸ ਲੌਂਗ ਐਸ ਯੂ ਕੈਨ ਬਟ ਅਗੇਨ ਇਟਸ ਆਲਸੋ ਡਿਪੈਂਡ ਔਨ ਅਫੋਰਡੇਬਿਲਟੀ ਬਹੁਤ ਵਧੀਆ ਗੱਲ ਹੈ ਜੀ ਇਹ ਅਫੋਰਡੇਬਿਲਟੀ ਤੇ ਵੀ ਡਿਪੈਂਡ ਕਰਦਾ ਜੇ ਤੁਹਾਡੀ 23 ਸਾਲ ਰਹਿ ਗਏ ਤੁਸੀਂ ਕਹੋ ਜੀ 23 ਸਾਲ ਦੀ ਇੰਸ਼ੋਰੈਂਸ ਹੈ ਠੀਕ ਹੈ ਵਿਚ ਇਜ਼ ਗੁੱਡ ਸੋ ਇਹ ਹੋਏਗਾ ਜਿੰਨੀ ਮਾਰਗੇਜ ਰਹਿੰਦੀ ਹੈ ਉਨੀ ਲੈ ਸਕਦੇ ਜੇ ਤੁਸੀਂ ਸਪੋਜ਼ ਤੁਹਾਡੀ 5 ਲੱਖ ਦੀ ਮਾਰਗੇਜ ਹੈ ਤੁਸੀਂ 5 ਲੱਖ ਦੀ ਇੰਸ਼ੋਰੈਂਸ ਲੈ ਲਈ 23 ਸਾਲ ਦੀ ਇੰਸ਼ੋਰੈਂਸ ਲੈ ਲਈ ਤੁਹਾਡਾ ਪ੍ਰੀਮੀਅਮ ਹੋ ਗਿਆ ਫਿਕਸ ਹਾਂਜੀ ਇੱਕ ਵਾਰ ਜਿਹੜਾ ਦੇਣਾ ਤੁਸੀਂ $20 $40 $100 ਜੋ ਵੀ ਤੁਹਾਡਾ ਪ੍ਰੀਮੀਅਮ ਹੈਗਾ ਉਹ ਅਗਲੇ 23 ਸਾਲ ਤੱਕ ਫਿਕਸ ਹੋ ਗਿਆ ਡਸਨਟ ਮੈਟਰ ਤੁਹਾਡੀ ਮਾਰਗੇਜ ਹੈ ਜਾਂ ਨਹੀਂ ਹੈ ਤੁਸੀਂ 4 ਵਾਰ ਬੈਂਕ ਬਦਲੇ ਆ ਤੁਸੀਂ ਕਿਸੇ ਬੈਂਕ ਨਾਲ ਉਹਦਾ ਤੁਹਾਡਾ ਮਾਰਗੇਜ ਨਾਲ ਕੋਈ ਕੰਸਰਨ ਨਹੀਂ ਹੈ ਆ ਬੈਨੀਫਿਟ ਹੋ ਗਿਆ ਉੱਥੇ ਉਹਦਾ ਤੁਹਾਡਾ ਕੋਈ ਕੰਸਰਨ ਨਹੀਂ ਹੈ ਮਾਰਗੇਜ ਦੀ ਮਾਰਗੇਜ ਇੰਸ਼ੋਰੈਂਸ ਸੀਗੀ ਜਿੱਦਾਂ ਹੀ ਤੁਸੀਂ ਬੈਂਕ ਬਦਲਦੇ ਹੋ ਆਪਣੀ ਮਾਰਗੇਜ ਲਈ ਤੁਹਾਡੀ ਮਾਰਗੇਜ ਇੰਸ਼ੋਰੈਂਸ ਮਾਰਗੇਜ ਬਦਲ ਜਾਂਦੀ ਹੈ ਔਨ ਟਾਪ ਆਫ ਇਟ ਐਗਜ਼ੈਕਟਲੀ ਔਨ ਟਾਪ ਆਫ ਇਟ ਯੂਰ ਮਾਰਗੇਜ ਇੰਸ਼ੋਰੈਂਸ ਇਜ਼ ਟਾਈਡ ਅਪ ਟੂ ਦ ਟਰਮ ਆਫ ਯੂਰ ਮਾਰਗੇਜ ਜੇ 5 ਸਾਲ ਦੀ ਮਾਰਗੇਜ ਹੈ ਤੁਹਾਡੀ ਜਿਹੜੀ ਮਾਰਗੇਜ ਇੰਸ਼ੋਰੈਂਸ ਉਹ ਵੀ 5 ਸਾਲ ਉਹਨੇ ਹੀ ਰੈਡੀ ਆ ਜਦੋਂ ਤੁਸੀਂ ਰੀਨਿਊ ਕਰਨੀ ਹੈ ਨਵੇਂ ਬੈਂਕ ਨਾਲ ਜਾਣਾ ਯੂ ਅਗੇਨ ਹੈਵ ਟੂ ਅਪਲਾਈ ਫਾਰ ਇਨਸ਼ੋਰੈਂਸ ਬੈਂਕ ਦਾ ਪ੍ਰੋਡਕਟ ਹੈ ਨਾ ਇਹ ਐਗਜ਼ੈਕਟਲੀ ਹਾਂਜੀ ਅਪਲਾਈ ਕਰੋ ਬਾਰ ਦੁਬਾਰਾ ਕਈ ਵਾਰ ਕੀ ਹੁੰਦਾ ਜਦੋਂ ਤੁਸੀਂ ਦੁਬਾਰਾ ਅਪਲਾਈ ਕਰਦੇ ਤੁਸੀਂ ਕੁਆਲੀਫਾਈ ਨਹੀਂ ਕਰਦੇ ਬਿਲਕੁਲ ਸਹੀ ਗੱਲ ਔਨ ਟਾਪ ਆਫ ਇਟ ਜਿਹੜੀ ਮਾਰਗੇਜ ਇੰਸ਼ੋਰੈਂਸ ਦਾ ਰੇਟ ਹੈਗਾ ਇਟਸ ਆਲਵੇਜ਼ ਹਾਇਰ ਦੈਨ ਯੂਰ ਲਾਈਫ ਬਿਲਕੁਲ ਸਹੀ ਗੱਲ ਹੈ ਬਿਲਕੁਲ ਆਲਵੇਜ਼ ਹਾਇਰ ਦੈਨ ਯੂਰ ਲਾਈਫ ਪੁਆਇੰਟ ਨੋਟ ਕਰ ਲਓ ਜੀ ਸਾਰੇ ਹਾਂਜੀ ਹਾਂਜੀ ਤੇ ਲਾਈਫ ਇੰਸ਼ੋਰੈਂਸ ਦਾ ਸਭ ਤੋਂ ਵੱਡਾ ਫਾਇਦਾ ਇਹੀ ਹੈ 5 ਲੱਖ ਦੀ ਤੁਸੀਂ ਇੰਸ਼ੋਰੈਂਸ ਲਿੱਤੀ ਹੈ ਰੇਟ ਤੁਹਾਡਾ ਫਿਕਸ ਹੋ ਗਿਆ ਹਾਂਜੀ ਮਾਰਗੇਜ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਜਿੰਨੀ ਮਰਜ਼ੀ ਦੀ ਮਾਰਗੇਜ ਹੋਵੇ ਜਿਹੜੇ ਮਰਜ਼ੀ ਬੈਂਕ ਨਾਲ ਹੋਵੇ ਰੱਬ ਨਾ ਕਰੇ ਜੇ ਅੱਜ ਤੁਹਾਨੂੰ ਕੁਝ ਹੋ ਜਾਂਦਾ ਤੇ ਉਹਦਾ ਸਿੱਧਾ ਬੈਨੀਫਿਟ ਤੁਹਾਡੀ ਫੈਮਿਲੀ ਨੂੰ ਮਿਲੇਗਾ ਬੈਂਕ ਨੂੰ ਨਹੀਂ ਮਿਲੇਗਾ ਵਿਚ ਇਜ਼ ਅਗੇਨ ਮੈਂ ਸਟ੍ਰੈਸ ਕਰਨਾ ਚਾਹਾਂਗਾ ਜਿਹੜੀ ਲਾਈਫ ਇੰਸ਼ੋਰੈਂਸ ਦਾ ਬੈਨੀਫਿਟ ਹੈਗਾ ਉਹ ਤੁਹਾਡੀ ਸਰਵਾਈਵਿੰਗ ਫੈਮਿਲੀ ਨੂੰ ਮਿਲੇਗਾ ਜੇ ਤੁਸੀਂ 5 ਲੱਖ ਦੀ ਇੰਸ਼ੋਰੈਂਸ ਕਰਾਈ ਹੈ 5 ਲੱਖ ਪੂਰੇ ਦਾ ਪੂਰਾ ਤੁਹਾਡੀ ਫੈਮਿਲੀ ਨੂੰ ਮਿਲੇਗਾ ਵਿਦਆਊਟ ਐਨੀ ਕੰਸਿਡਰੇਸ਼ਨ ਕਿ ਤੁਹਾਡਾ ਬੈਲੈਂਸ ਕਿੰਨਾ ਹੈਗਾ ਮੋਰਗੇਜ ਦਾ ਤੇ ਤੁਹਾਡੀ ਉਹ ਫੈਮਿਲੀ ਡਿਸਾਈਡ ਕਰੇਗੀ ਹੁਣ ਮੈਂ ਮੋਰਗੇਜ ਪੇ ਕਰਨੀ ਹੈ ਜਾਂ ਬੱਚਿਆਂ ਲਈ ਸੇਵ ਕਰਨਾ ਜਾਂ ਮੈਂ ਖਰਚੇ ਚਲਾਣੇ ਆ ਮੈਂ ਕੀ ਕਰਨਾ ਕਿਉਂਕਿ ਉੱਥੇ ਬੌਂਡ ਨਹੀਂ ਹੈਗੇ ਤੁਸੀਂ ਕੋਈ ਉਸ ਪੈਸੇ ਨੂੰ ਤੁਸੀਂ ਮੋਰਗੇਜ ਲਾਉਣ ਤੇ ਹੀ ਲਾਉਣਾ ਹੋਗਾ ਐਗਜ਼ੈਕਟਲੀ ਤੁਸੀਂ ਕੀ ਕਰ ਸਕਦੇ ਹੋ ਤੁਹਾਡੇ ਖਰਚੇ ਜ਼ਿਆਦਾ ਨੇ ਘਰ ਦੇ ਜਾਂ ਤੁਸੀਂ ਬੱਚਿਆਂ ਦੀ ਐਜੂਕੇਸ਼ਨ ਤੇ ਸੇਵ ਕਰਨਾ ਜਾਂ ਕੋਈ ਵੀ ਹੋਰ ਖਰਚਾ ਕਰਨਾ ਬੈਂਕ ਨੂੰ ਸਿਰਫ ਆਪਣੀ ਮੰਥਲੀ ਮੋਰਗੇਜ ਨਾਲ ਮਤਲਬ ਹੈਗਾ ਤੁਸੀਂ ਬੈਂਕ ਨੂੰ ਕਹੋ ਵੀ ਮੈਂ ਆਪਣੀ ਮੋਰਗੇਜ ਪੇ ਕਰਦਾ ਰਹਾਂਗਾ ਜਾਂ ਰਹਾਂਗੀ ਤੁਹਾਨੂੰ ਹੋਰ ਕਿਸੇ ਚੀਜ਼ ਨਾਲ ਨਹੀਂ ਮਤਲਬ ਹੈਗਾ ਤੇ ਜਿਹੜੀ ਬੈਨੀਫਿਟ ਹੈਗਾ ਉਹ ਮੇਰਾ ਹੈਗਾ ਮੈਂ ਜਿੱਦਾਂ ਮਰਜ਼ੀ ਯੂਜ਼ ਕਰਾਂ ਬੈਂਕ ਨੂੰ ਉਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਗੋਲ ਸਾਹਿਬ ਇੱਥੇ ਇੱਕ ਪੁਆਇੰਟ ਆ ਸ਼ੋਰ ਪੁਆਇੰਟ ਇਹ ਆ ਕਿ ਜਦੋਂ ਡਿਸੀਜ਼ ਇਸ ਦੁਨੀਆ ਤੋਂ ਚਲਾ ਗਿਆ ਹਾਂਜੀ ਕਿ ਬੈਂਕ ਨੇ ਇਹ ਨਹੀਂ ਦੇਖਣਾ ਵੀ ਤੁਹਾਡੀ ਇਨਕਮ ਘਟ ਗਈ ਆ 5 ਲੱਖ ਦੇ ਹਿਸਾਬ ਨਾਲ ਬਿਲਕੁਲ ਦੇਖਣਗੇ ਜੀ ਉਹ ਦੇਖਣਗੇ ਲੇਕਿਨ ਰੀਨਿਊਅਲ ਤੇ ਅੱਛਾ ਜਦੋਂ ਰੀਨਿਊਅਲ ਹੁੰਦੀ ਹੈ ਐਗਜ਼ੈਕਟਲੀ ਐਗਜ਼ੈਕਟਲੀ ਜਦੋਂ ਉਹਨਾਂ ਨੇ ਦੇਖਣੀ ਜਦੋਂ ਮਾਰਗੇਜ ਰੀਨਿਊ ਹੋਏਗੀ ਜੇ ਤੁਹਾਨੂੰ 5 ਸਾਲ ਦੀ ਉਹਨਾਂ ਨੇ ਫਿਕਸ ਮਾਰਗੇਜ ਦਿੱਤੀ ਜੀ ਜੀ ਇੱਕ ਵਾਰ ਉਹਨਾਂ ਨੇ ਤੁਹਾਨੂੰ ਇਨੀਸ਼ੀਅਲੀ ਕੁਆਲੀਫਾਈ ਕਰ ਲਿਆ ਮਾਰਗੇਜ ਵਾਸਤੇ ਕਿ ਹਾਂ ਤੁਸੀਂ 5 ਲੱਖ ਦੀ ਮਾਰਗੇਜ ਲਈ ਅਪਰੂਵ ਹੈਗੇ ਬਿਲਕੁਲ ਸਹੀ ਹੈ 2 ਸਾਲ ਬਾਅਦ ਪਰਿਵਾਰ ਦਾ ਬੰਦਾ ਨਹੀਂ ਰਿਹਾ ਉਹਨਾਂ ਨੇ ਅਪਰੂਵ ਪਿਛਲੀ ਇਨਕਮ ਤੇ ਕੀਤਾ ਸੀ ਨੋ ਡਾਊਟ ਹੁਣ ਇਨਕਮ ਘਟ ਗਈ ਹੈ ਲੇਕਿਨ ਤੁਹਾਡੀ ਮਾਰਗੇਜ ਉਹ ਇਦਾਂ ਕੈਨਸਲ ਨਹੀਂ ਕਰ ਸਕਦੇ ਇਨ ਬਿਟਵੀਨ ਫਿਰ ਉਹ ਚੈੱਕ ਨਹੀਂ ਕਰਨਾ ਉਹਨਾਂ ਨੇ ਲੋ ਇਨ ਬਿਟਵੀਨ ਨਹੀਂ ਚੈੱਕ ਕਰ ਸਕਦੇ ਮਾਰਗੇਜ ਅੱਛਾ ਫਿਰ ਕਿਉਂਕਿ ਥੋੜੀ ਇਨਕਮ ਘਟ ਗਈ ਹੈ ਇਨਕਮ ਜੋ ਮਰਜ਼ੀ ਭਾਵੇਂ 0 ਇਨਕਮ ਹੋ ਜਾਏ ਓਕੇ ਬਿਕਾਜ਼ ਮਾਰਗੇਜ ਇਟਸੈਲਫ ਇਜ਼ ਅ ਕੰਟਰੈਕਟ ਫਾਰ ਦੈਟ 5 ਇਅਰਸ ਠੀਕ ਆਲ ਦੇ ਆਰ ਕਨਸਰਨਡ ਅਬਾਊਟ ਇਜ਼ ਦੇਅਰ ਮੰਥਲੀ ਮਾਰਗੇਜ ਪੇਮੈਂਟ ਐਸ ਲੌਂਗ ਐਸ ਉਹ ਮੰਥਲੀ ਮਾਰਗੇਜ ਪੇਮੈਂਟ ਚੱਲਦੀ ਹੈ ਹਾਂਜੀ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਕੱਲ ਤੁਹਾਡੀ ਇਨਕਮ 0 ਹੋ ਜਾਏ ਜਾਂ ਡਬਲ ਹੋ ਜਾਏ ਸੋ ਇਹ ਬਹੁਤ ਕੁਐਸਚਨ ਇੰਪੋਰਟੈਂਟ ਸੀਗਾ ਇਸ ਕਰਕੇ ਮੈਂ ਜ਼ਿਆਦਾ ਸਟ੍ਰੈਸ ਕਰਕੇ ਪੁੱਛ ਰਿਹਾ ਸੀਗਾ ਕੁਐਸਚਨ ਨੂੰ ਸੋ ਇਹ ਲੇਕਿਨ ਰੀਨਿਊਅਲ ਤੇ ਸਤਨਾਮ ਜੀ ਜਦੋਂ ਰੀਨਿਊ ਹੋਣੀ ਹੈ ਤੁਹਾਡੀ ਮਾਰਗੇਜ ਹਾਂਜੀ ਦੈਨ ਇਟ ਮੇ ਬੀ ਅ ਪ੍ਰੋਬਲਮ ਕਿ ਹਾਂਜੀ ਹੁਣ ਦੁਬਾਰਾ ਕੁਆਲੀਫਾਈ ਕਿੱਦਾਂ ਕਰੋ ਹਾਂ ਫਿਰ ਤਾਂ ਸਰਕਮਸਟੈਂਸਸ ਡਿਫਰੈਂਟ ਐਗਜ਼ੈਕਟਲੀ ਫਿਰ ਸਰਕਮ ਬਟ ਬਿਟਵੀਨ ਇਨ ਬਿਟਵੀਨ ਦ ਕੰਟਰੈਕਟ ਦੇ ਕੈਨ ਨਾਟ ਕੈਨਸਲ ਯੂਰ ਮਾਰਗੇਜ ਓਨਲੀ ਥਿੰਗ ਦੇ ਆਰ ਕਨਸਰਨਡ ਅਬਾਊਟ ਕੈਨ ਯੂ ਪੇ ਯੂਰ ਮੰਥਲੀ ਮਾਰਗੇਜ ਪੇਮੈਂਟ ਔਰ ਨਾਟ They have nothing to do with your income because they had already given you a contract of mortgage. They already qualified you. Contract vich likhya vi hunda va. Exactly. Bhai je disease ho jave koi banda ya koi problem aave ta fix hundi hai.
ਐਗਜ਼ੈਕਟਲੀ ਹਾਂਜੀ ਜੇ ਵੇਰੀਏਬਲ ਹੋਵੇ ਫਿਰ ਜੇ ਵੇਰੀ ਕੁਝ ਵੀ ਹੋਵੇ ਡਸਨਟ ਮੈਟਰ 5 ਇਅਰ ਤੁਸੀਂ ਸਾਈਨ ਅਪ ਜੋ ਵੀ ਤੁਸੀਂ ਕੰਟਰੈਕਟ ਟਰਮ ਸਾਈਨ ਕੀਤੀ ਹੈ ਉਸ ਟਰਮ ਵਿੱਚ ਜੇ ਤੁਹਾਡੀ ਇਨਕਮ ਡਬਲ ਹੋ ਗਈ ਤਾਂ ਉਹਨਾਂ ਨੇ ਘਟਾਣੀ ਹੋਣਾ ਮੌਰਗੇਜ ਬਿਲਕੁਲ ਬਿਲਕੁਲ ਸਹੀ ਹੈ ਉਹਨਾਂ ਨੇ ਫੇਰ ਵੀ ਸਾਈਨ ਦੇ ਡੂ ਨਾਟ ਲੁੱਕ ਇਨਟੂ ਯੂਅਰ ਇਨਕਮ ਡਿਊਰਿੰਗ ਦ ਕੰਟਰੈਕਟ ਆਫਟਰ ਕੰਟਰੈਕਟ ਆਫਟਰ ਰਿਨਿਊਅਲ ਇਟਸ ਕੰਪਲੀਟਲੀ ਅਪ ਟੂ ਦ ਡਿਸਕ੍ਰੇਸ਼ਨ ਆਫ ਬੈਂਕ ਸਮ ਬੈਂਕਸ they do consider some banks say okay we will renew it because you have been paying so long and is allon to pay kar rahe ho paave banda deceased ho gaya banda nahi hai ga haji lekin as long as tusi unhanu savings dikhao vi mereko enne paise paye I will keep on paying bank may or may it's up to their discretion but between the contract they cannot cancel so sadi